ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ ਕਿ ਜੋ ਕਿ ਝੋਨੇ ਦਾ ਸੀਜ਼ਨ ਆ, ਝੋਨੇ ਦੇ ਸੀਜ਼ਨ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਵਧਿਆ ਹੋਇਆ। ਉਲਟ ਸਹਿਜ ਡਰਾਈਵਰ ਕਿੱਥੇ ਆ? ਬਾਜ਼ਾਰ ਦੇ ਵਿੱਚ ਐਕਸੀਡੈਂਟ ਹੋ ਗਿਆ। ਟਰਾਲਾ ਥੋੜ੍ਹਾ ਜਿਹਾ ਰੌਂਗ ਸਾਈਡ ਸੀਗਾ, ਚਿੱਟੀ ਪੱਟੀ ਤਰ੍ਹਾਂ ਨੂੰ ਸੀਗਾ। ਇੱਥੋਂ ਕਾਰ ਵਾਲਾ ਵੀ ਤੇਜ਼ ਸੀਗਾ, ਤੇਜ਼ ਹੋਣ ਦੇ ਕਾਰਨ ਕਾਰ ਬਹੁਤ ਭੈੜੀ ਰਸਤੇ ਦੇ ਵਿੱਚ ਸੀ। ਇੱਥੇ ਅੱਡੇ ਦੀ ਹੈ ਕੋਈ ਨਾ ਗੱਡੀ ਦਾ ਜੋ ਆਪਣੀ ਸਾਈਡ ਵੀ ਰੱਖੀ ਤਾਂ ਜੋ ਆਪਣਾ ਵੀ ਬਚਾਅ ਹੋ ਸਕੇ, ਅਗਲੇ ਦਾ ਵੀ ਬਚਾਅ, ਤਾਂ ਜੋ ਇਹੋ ਜਿਹੀ ਦੁਰਘਟਨਾਵਾਂ ਵੱਧ ਗਈ। ਅੱਜ ਕੱਲ੍ਹ ਤੁਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਮਤਲਬ ਝੋਨਾ ਟਰੈਕਟਰਾਂ ਦੇ ਨਾਲ ਜੋ ਸ਼ਹਿਰ ਤੋਂ ਝੋਨਾ ਲੈ ਕੇ ਜਾਂਦਾ ਹੈ, ਸਿੱਕਾਂ ਦੀ ਆਵਾਜ਼ ਬੁੱਲ ਛੱਡੀ ਜਾਣਾ ਪੈਂਦਾ ਉਹਨਾਂ ਦੀ ਕਣਕਾਂ ਦੇ ਜੋ ਅੱਜ ਕੱਲ੍ਹ ਦੇ ਸਿੱਕਾਂ ਦੀ ਆਵਾਜ਼ ਬੁੱਲ ਛੱਡੀ ਗਲਤੀ ਆ। ਬਾਬਾ ਜੀ ਦੇ ਆਪਦੀ ਸਾਈਡ ਆਉਂਦੇ ਸੀਗੇ ਤੇ ਉਹ ਟਰਾਲਾ ਉਹਨਾਂ ਨੂੰ ਵੱਟਦਾ ਸੀ, ਕਿਸੇ ਚੀਜ਼ ਨੂੰ ਕ੍ਰਾਸ ਕਰਦਾ ਸੀਗਾ, ਤਾਂ ਕਰਕੇ ਟੱਕਰ ਹੋ ਗਈ। ਚਲ ਬਚਤ ਹੋ ਗਈ। ਆਪਣੇ ਆਉਣ ਵਾਲਾ ਗਲਤ ਆਪਣੇ ਆਪਤੀ ਹੈ।
ਆਪ ਚਲ ਗਿਆ ਜੀ? ਚਲ ਗਈ ਬਹੁਤ ਬਹੁਤ ਚਲੀ ਆ ਜੋ ਇੰਨਾ ਯੂਟਿਊਬ ਨੂੰ ਆਪਣਾ ਚੱਲਦਾ ਹੋਜੂਗਾ ਅਪਲੋਡ ਕੇ ਆਪਾਂ ਕਰ ਦੇਣੀ ਹੁਣੇ ਸ਼ਾਮ ਨੂੰ ਵੱਡਾ ਵੀਡੀਓ ਬਣਾ ਲਿਆ ਸ਼ਾਮ ਨੂੰ ਵੀਡੀਓ ਆਪਾਂ ਅਪਲੋਡ ਕਰ ਦੇਣੀ ਕਿਹੜਾ ਬਹੁਤਾ ਟਾਈਮ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਧਰੋਂ ਜਾਂਦਾ ਬੱਜੀ ਬਹੁਤ ਭੈੜੀ ਹੈ ਨਾ ਇੱਧਰੋਂ ਜਾਂਦਾ ਜੀ ਇੱਧਰੋਂ।